ਹੁਣ ਦੁਬਾਰਾ ਫੀਕ ਪੈ ਗਈ ਮੈਨੂੰ ਦੀ ਅੱਗੇ ਇਹਦਾ ਨਾ ਜਿਹੜੀ ਲਾਈ ਏ ਇਹਦੀ ਜਿਹੜੀ ਮਜ਼ਦੂਰੀ ਏ 2000 ਰੁਪਇਆ ਮਜ਼ਦੂਰੀ ਦੇ ਬੈਠਾ ਜਨਾਬ ਤੇ 2000 ਦਾ ਬੀਜ ਆਇਆ ਤੇ ਅੱਜ ਆਇਆ 15 ਦਿਨਾਂ ਬਾਅਦ ਫੁੱਟੀ ਕੋਈ ਨਹੀਂ ਮਿਲਦੀ ਇਹਨਾਂ ਨੂੰ ਵੀ ਹਾਲ ਪਤਾ ਨਹੀਂ ਕੀ ਇਹ ਨਿਕਲਦਾ ਯਾਰ ਇੱਥੇ ਹੁਣ ਕੋਈ ਕਿਸੇ ਨੂੰ ਵੇਹਨੇ ਆ ਸਿਆਣੇ ਬੰਦੇ ਨੂੰ ਅੱਗੇ ਗਿਆ ਨੋਸ਼ੇ ਮਾਰ ਕੋਲੇ ਉਸ ਆਖਿਆ ਵੀ ਜਾਂ ਤਾਂ ਬੀਜ ਰੋਲਾ ਅਤੇ ਜਾਂ ਜਿਹੜਾ ਨਾ ਜਿਹੜਾ ਪਾਣੀ ਆਸੂ ਉੱਤੇ ਤੁਸੀਂ ਲਾ ਤਾ ਫੁੱਲ ਡੋਬਦੀਆਂ ਖੇੜੀਆਂ ਫਿਰ ਲਾਲ ਤੋਂ ਉਸ ਬੰਦੇ ਤੋਂ ਲੈ ਤੇ ਐਂ ਬੀ ਮੈਂ ਉਸੇ ਤੋਂ ਬਾਬੇ ਤੋਂ ਹੀ ਚੋਟੂ ਤੋਂ ਐ ਹੈ ਵੀ ਬੂਟਾ ਕੋਈ ਨਹੀਂ ਕੀ ਕਰੂ ਯਾਰ ਕਿਸੇ ਨਾ ਤੇਰੇ ਰੰਗੇ ਨਾ ਕਮਲੇ ਬੰਦੇ ਮੈਂ ਉਹਨੂੰ ਸਲਾਹ ਦਿੱਤੀ ਉਹਨੇ ਆਖਿਆ ਵੀ ਤੂੰ ਜਾ ਤੇ ਦਾਤਰੀ ਮੇਰੇ ਤੋਂ ਲਈ ਜਾ ਪਰ ਦਿੰਦਾ ਨੀ ਮੈਂ ਕਿਸੇ ਨੂੰ ਇਹ ਤਾਂ ਉਹਦੀ ਮਿਹਰਬਾਨੀ ਬੜੀ ਬੜੀ ਉਹ ਦੇ ਤੀ ਵੀ ਜਾ ਤੇ ਨਾ ਜਿਵੇਂ ਨੀ ਉਹ ਪਰਿੰਦੇ ਠੂੰਗਾ ਮਾਰਦੇ ਠੂੰਗਾ ਮਾਰ ਇਹਨਾਂ ਦੇ ਵਿੱਚ ਤਿਆੜ ਕੇ ਬੀ ਪਾ ਦੇ ਤੇ ਪਾਣੀ ਲਾ ਦੀ ਜਿਹੜੀ ਸੇਮ ਬਸ ਜੇ ਅਪੜੇ ਤਾਂ ਡੋਬੀ ਨਾ ਨਹੀਂ ਤਾਂ ਤੂੰ ਵਿਹਲਾ ਤੇ ਬੀ ਤਾਂ ਸਾਰਾ ਪੱਟੀ ਜਾਂਦਾ ਹੋਰ ਇੱਥੇ ਕੀ ਕਰਨਾ ਉਹ ਨਹੀਂ ਨਹੀਂ ਬਾਈ ਬੀ ਨਾ ਅੱਗੇ ਹੋਰ ਜਗ੍ਹਾ ਤਾਂ ਲੱਗਿਆ ਹੁਣ ਹੋਰ ਥਾਂ ਤੇ ਲਾਉਂਦਾ ਪਿਆ ਅੱਛਾ 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 ਹਾਂ ਹੁਣ ਬੀ ਲਾਉਂਦਾ ਪਿਆ ਨਾਲ ਨਾਲ ਬੀ ਸੁਬਾ ਲਾਣਾ ਪਾਣੀ ਦਾ ਆਪਣਾ ਫੋਨ ਆਇਆ ਚਲੋ ਸੁਣ ਲੈ ਫੋਨ ਸੁਣ ਲੈ ਕੋ ਚਲੋ ਮੈਂ ਇਹਨਾਂ ਲਾ ਲੈਣਾ ਫੋਨ ਸੁਣ ਲੈ ਆਹ ਸਾਦ ਆ ਕਾਲ ਹੋ ਗਈ ਆ ਕਿਰਲੇ ਦੀ ਕਾਲ ਕੀ ਆਂਦਾ ਸੀ ਉਹ ਕੁਛ ਵੀ ਨਹੀਂ ਉਹ ਪੈਸੇ ਮੰਗਦਾ ਸੀ ਯਾਰ ਮੈਂ ਆਦਾ ਕਾਰੋਬਾਰ ਕਰਾਂਗਾ ਉਹਨੂੰ ਪੈਸੇ ਦੇਵਾ ਉਹ ਮੈਂ ਦੱਸਾਂ ਕਿ ਭਿੰਡੀ ਦਾ ਮਸ਼ਵਰਾ ਲੈਣਾ ਸੀ ਤੇਰੇ ਤੋਂ ਮੈਂ ਵੀ ਚੰਗਾ ਕੀਤਾ ਜੀ ਤੇ ਮੈਂ ਦੱਸ ਵੀ ਅਗੇਤਰੀ ਭਿੰਡੀ ਲਾ ਲਈਏ ਤੇ ਵਾਹ ਵਾਹ ਸੀ ਤੇ ਤੂੰ ਆਪ ਆ ਕਿੱਲੇ ਜੇ ਲਾਈ ਜਾਂਦਾ ਤੇ ਕੀ ਹਿਸਾਬ ਕਿਤਾਬ ਹੈ ਮੈਂ ਤਾਂ ਤੈਨੂੰ ਬੜਾ ਸਮਝਦਾਰ ਸਮਝਿਆ ਸੀ ਯਾਰ ਯਾਰ ਮੈਂ ਤਾਂ ਲੇਟ ਹੋ ਗਿਆ ਇਤਨੀ ਦੀ ਵਜ੍ਹਾ ਤੋਂ ਵੀ ਇਹ ਫੁੱਟੀ ਨਹੀਂ ਹੈਗੀ ਤੈਨੂੰ ਮਸ਼ਵਰਾ VIP ਦੇਣਾ ਇਹ ਨਾਲੇ ਇੱਕ 20 ਹੋਰ ਆਇਆ ਅੱਛਾ ਉਹ ਯਾਨੀ ਕਿ ਨਾ ਜਿਸਲੇ ਮੁੱਢ ਸਟਾਰਟ ਹੁੰਦਾ ਹੈ ਮੁੱਢ ਤੋਂ ਲੈ ਤੇ ਪਾਂ ਤਿਕਰ ਤੈਨੂੰ ਪੱਤਰ ਨਹੀਂ ਦਿਸਣਾ ਭਿੰਡੀ ਦਿਸੇਗੀ ਐਸਾ VIP 20 ਆਇਆ ਉਹ ਕਿਹੜਾ ਵੀ ਉਹ ਮੈਂ ਦੱਸ ਰਿਹਾ ਦਰਾ ਮੇਰੇ ਨਾਲ ਚਮਕਾ ਮਾਰਦੀ ਭਿੰਡੀ ਹੈਗੀ ਯਾਰ ਐਡੀ ਦੂਰੋਂ ਆਇਆ ਖਲੋ ਨਾ ਬਹਿ ਤੇ ਗੱਲ ਕਰ ਰਿਹਾ ਆ ਜਾ ਉਰਾ ਅੱਛਾ ਮੈਂ ਸੇਮ ਜਿਵੇਂ ਉਹਨੇ ਮੈਨੂੰ ਆਖਿਆ ਉਵੇਂ ਮੈਂ ਲਾਤੀ ਭਿੰਡੀ ਤੇ ਲੇਕਿਨ ਹਲੇ ਰਿਜ਼ਲਟ ਨਹੀਂ ਆਉਂਦਾ ਆ ਰਿਹਾ ਤੇ ਮੈਂ ਤਾਂ ਆਹ ਨਾ ਵੀ ਮੈਂ ਉਹਨੇ ਮੈਨੂੰ ਮਸ਼ਵਰਾ ਦਿੱਤਾ ਮੈਂ ਤੈਨੂੰ ਦਿੰਦਾ ਪਿਆ ਤੂੰ ਇਹ ਲਾਭ ਹੋ ਸਕਦਾ ਮੇਰੀ ਕਿਸਮ ਚ ਨਾ ਹੋਵੇ ਤੂੰ ਬਾਗੋ ਬਾਗ ਹੋ ਜਾ ਉਹ ਬੀ ਕਿਹੜਾ ਹੈ ਬੀ ਦਾ ਨਾਂ ਤਾਂ ਦੱਸ ਯਾਰ ਬੀ ਦਾ ਨਾਂ ਹੁਣ ਮੈਨੂੰ ਨਹੀਂ ਆਉਂਦਾ ਪਤਾ ਨਹੀਂ ਕੀ ਉਹਨੇ ਆਖਿਆ ਸੀ ਹਾਈਬ੍ਰਿਡ ਕਿ ਕੀ ਨਾਂ ਸੀ ਹੁੰਦਾ ਯਾਰ ਅੱਛਾ ਹੁਣ ਬੀ ਮੈਂ ਚਲੋ ਪੁੱਛ ਲੈਣਾ ਫੋਨ ਕਰਤੇ ਹੁੰਦੇ ਤੂੰ ਉਹ ਕਾਲਾ ਜਿਹਾ ਤਾਂ ਨਹੀਂ ਐਡੇ ਐਡੇ ਬੀ ਕਾਲਾ ਜਿਹਾ ਜਿਹੜਾ ਭਿੰਡੀ ਦਾ ਨਵਾਂ ਆਇਆ ਉਹ ਤਾਂ ਨਹੀਂ ਚਾਈਨਾ ਦਾ ਉਹੀ ਹੈ ਮੈਂ ਚਾਈਨਾ ਦਾ ਵੱਡਾ ਵੱਡਾ ਬੀ ਛੱਡਿਆ ਮੋਟਾ ਦਾਣਾ ਸੀ ਇਵੇਂ ਆਉਂਦਾ ਨਹੀਂ ਅਨਾਰ ਦਾ ਦਾਣਾ ਹੁੰਦਾ ਅੱਛਾ 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 ਅਤੇ ਮੈਂ ਆਉਂਦਾ ਤੂੰ ਉਹ ਲਾਲ ਹੈ ਤੇ ਲੇਕਿਨ ਇਹ ਗੱਲ ਮੈਨੂੰ ਤਾਂ ਲੇਟ ਹੋ ਗਈ ਸੀ ਕਾਫੀ ਤਾਂ ਵਾਸਤੇ ਤੂੰ ਪੰਨੇ ਦੇ ਇੰਤਜ਼ਾਮ ਕਰ ਲਈ ਕਿਉਂਕਿ ਜਿਹੜਾ ਮੌਸਮ ਹੈ ਉਹ ਹੈ ਠੰਡਾ ਮਿੱਠਾ ਮਾੜਾ ਜਿਹਾ ਤੇ ਇਹ ਨਾ ਜਿਹੜੀ ਨਾ ਇਹ ਲੈਂਦੀ ਗਰਮੀ ਮਾੜੀ ਜੀ ਤੇ ਪੰਨੇ ਤੋਂ ਅਰੇਂਜਮੈਂਟ ਕਰ ਲੈ ਪੰਨੇ ਤਾਂ ਆਪਣੇ ਘਰੇ ਬੜੇ ਪੈ ਅੱਛਾ ਵੱਡਾ ਬਿਜ਼ਨਸ ਹੈ ਕੋਈ ਅਤੇ ਪੰਨੇ ਇਹਨੇ ਕਿੱਥੋਂ ਲਏ ਤੂੰ ਉਹ ਯਾਰ ਆਪਣਾ ਬੜਾ ਕਾਰੋਬਾਰ ਵਸੀ ਸੀ ਅੱਛਾ ਅੱਲਾ ਦਾ ਸ਼ੁਕਰ ਸੀ ਤੇ ਆਪਣੇ ਕੋਲ ਵਾਧੂ ਪੰਨੇ ਪੈ ਰਹੇ ਪੰਨੇ ਦੀ ਟੈਨਸ਼ਨ ਨਹੀਂ ਲੈ ਤੂੰ ਮੈਨੂੰ 20 10 20 ਮਿਲੇਗਾ ਕਿਹੜੀ ਦੁਕਾਨ ਤੋਂ ਯਾਰ 20 ਦਾ ਵੀ ਕੋਈ ਕਰ ਲੈ ਪੰਨੇ ਮੈਨੂੰ ਦੇਣਾ ਕਹਦਾ ਫੁੱਟੇ ਮੇਰੇ ਦਾ ਫੁੱਟੀ ਯਾਰ ਉਹ ਯਾਰ ਪੰਨੇ ਇੰਨੇ ਵੀ ਨੇ ਕਿਲੋ ਕੋ ਪੰਨੇ ਨੇ ਕਿਲੋ ਕੋ ਬਚਿਆ ਬਸ ਹੈ ਹਾਂ ਉਹ ਆਪਣਾ ਵਸੀ ਕਰ ਬਾਈ ਦਾ ਮਾਲਟੇ ਦਾ ਕੰਮ ਸੀ ਨਾ ਬਾਈ ਦਾ ਕਾਰੋਬਾਰ ਸੀ ਮਾਲਟੇ ਦਾ ਤੋ ਆਪਣੇ ਕੋਲ ਕਿਲੋ ਕੋ ਬਚੇ ਨੇ ਮਸੇ ਇਹ ਕਿਲੋ ਕਿਲੋ ਕੋ ਬੱਚੇ ਨੇ ਤੂੰ ਤੇ ਤੈਨੂੰ ਕੀ ਦੇਵਾ ਮੈਂ ਉਹ ਆਦੇ ਭਿੰਡੀ ਦੇ ਪਾਵਾ ਤੈਨੂੰ ਦਿਆ ਦਾ ਯਾਰ ਮੈਂ ਤਾਂ ਇਹਦੇ ਤੇ ਪਾਣੇ ਨੇ ਮੇਰਾ ਬਰਾ ਕਿਲੋ ਦਾ ਮੈਂ ਕਰ ਰਿਹਾ ਇੱਕ ਅੱਧੇ ਗੱਟੇ ਦਾ ਬੰਨਾ ਹੋਗਾ ਮੈਂ ਧੋਪੀ ਕੱਪੜੇ ਧੋਣੇ ਨੇ ਉਹਦੇ ਉੱਤੇ ਐ ਮਾਰ ਮਾਰ ਟਾਪਾ ਵੇਖਦੇ ਰਹਿਣਾ ਤੇਰੇ ਤੋਂ ਮੈਂ ਯਾਰ ਯਾਰ ਉਹ ਮੈਨੂੰ ਇਹ ਤੇਰੀ ਸਮਝ ਨਹੀਂ ਆਈ ਵੀ ਉਹ ਪੰਨੇ ਜਿਹੜੇ ਨੇ ਉਹ ਪੰਨੇ ਦੇ ਵਿੱਚ ਭਿੰਡੀ ਵੇਚ ਲਾਉਣੀ ਹੈ ਕਿ ਕੀ ਕਰਨਾ ਤੂੰ ਕਾਂਡ ਪਾ ਉਹ ਲਾ ਤੇ ਭਿੰਡੀ ਪੰਨਾ ਉੱਤੇ ਦੇਣ ਦਾ ਤਾਂ ਆ ਕੇ ਨਾ ਵੀ ਜਿਹੜੀ ਬਾਰਿਸ਼ ਬੂਰਸ ਕੋ ਵਾਹ ਉਹ ਤੇਜ਼ ਉਹਦਾ ਉਹਨੂੰ ਅਸਰ ਨਾ ਹੋਵੇ ਉਹ ਮੈਂ ਪੰਨੇ ਦੂਸਰੇ ਸਮਝੀ ਖਾਣਾ ਯਾਰ ਸ਼ਾਪਰ ਤੂੰ ਮੈਂ ਦੱਸ ਸੀ ਵੀ ਪੰਨਾ ਉੱਤੇ ਪਾਣਾ ਬਸ ਯਾਰ ਤੇਰੀ ਅਕਲ ਵੀ ਮੈਂ ਇਹਨੂੰ ਲੇਟ ਹੁੰਦੀ ਪਈ ਸ਼ਾਮ ਹੁੰਦੀ ਪਈ ਤਾਂ ਖੁਦਾ ਦਾ ਨਾ ਮੈਨੂੰ ਚੋਕ ਲੈਣ ਦੀ ਯਾਰ ਤੂੰ ਵਿਹਲਾ ਯਾਰ ਬਖਸ਼ੀ ਗੱਲ ਸੁਣ ਯਾਰ ਹਲੋ ਮੈਨੂੰ ਕੰਮ ਹੈ ਤੁਹਾਡੇ ਨਾਲ ਹਲੋ
चलो यार बजे जाना नहीं मैंने वेखते कौधर बाज गए कैधर बाज गए चलो दफा होवो पर थोड़े बोतल ले आया बोतल चलो दफा हो मैनू की थोड़े नसीबा च नहीं हैगी सी इज्जत करो देखो।